ਅਸਲਾਮ ਅਲੈਕਮ ਦੋਸਤੋ ਕੀ ਹਾਲ ਚਾਲ ਨੇ ਤੁਸੀਂ ਵੇਖ ਰਹੇ ਹੋ ਮਦਰ ਹੁਸੈਨ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਹੁਸੈਨ ਜੋ ਯਾਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਤਰ੍ਹਾਂ ਦੀ ਵੀਡੀਓ ਲੈ ਕੇ ਆਉਣਾ ਮੇਰੀ ਕੋਸ਼ਿਸ਼ ਹੈ ਹੁੰਦੀ ਕਿ ਦੋਸਤਾਂ ਨੂੰ ਨਵੀਂ ਤਰ੍ਹਾਂ ਦੀ ਚੀਜ਼ ਲੈ ਕੇ ਦੇਵਾਂ ਅੱਜ ਮੈਂ ਇੱਕ ਵੀਡੀਓ ਲੈ ਕੇ ਆਇਆ ਇੱਕ ਗਾਂ ਦੀ ਇਹ ਫਰੀਜ਼ਨ ਗਾਂ ਹੈ ਜੀ ਬਲੈਤੀ ਮੇਰਾ ਕੈਮਰਾਮੈਨ ਤੁਹਾਨੂੰ ਗਾਂ ਦਿਖਾਉਂਦਾ ਹੈ ਉਸ ਤੋਂ ਬਾਅਦ ਸਾਰੀਆਂ ਗੱਲਾਂ ਮੈਂ ਪੁੱਛ ਲਾਂਗਾ ਮਾਲਕ ਨੂੰ ਕਿ ਇਹਦਾ ਕੀ ਹਸਾਬ ਕਿਤਾਬ ਹੈ ਜੀ ਇਹ ਕਿੰਵੇਂ ਸੂਏ ਜੀ ਕਿੰਨੇ ਦਿਨਾਂ ਦੇ ਸੂਣ ਦੇ ਵਿੱਚੋਂ ਬਾਕੀ ਨੇ ਇਹ ਮੈਂ ਸਾਰੀ ਗੱਲਬਾਤ ਪੁੱਛ ਲਾਂਗਾ ਮੇਰਾ ਕੈਮਰਾਮੈਨ ਤੁਹਾਡੀ ਹੱਥ ਤਸੱਲੀਆ ਕਰਾਏਗਾ ਔਰ ਮਾਸ਼ਾਅੱਲਾ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਵੀ ਆਏਗੀ ਸਿੰਘਾ ਤੋਂ ਬਿਲਕੁਲ ਮੋਨੀ ਹੈ ਜੀ ਕੋਨੀ ਹੈ ਸਿੰਘਾ ਤੋਂ ਬਿਲਕੁਲ ਆ ਕਰਮਾਲੀ ਕੈਮਰਾਮੈਨ ਸਾਹਿਬ ਦੀ ਤਸੱਲੀਆ ਕਰਾਓ ਪਿਛੇ ਵਾਨੇ ਦੀਆਂ ਇਸ ਗਾਂ ਦੀਆਂ ਜੀ ਆ ਕਰਮਾਲੀ ਆ ਗਏ ਨੇੜੇ ਹੋ ਜਾਓ ਕੈਮਰਾਮੈਨ ਸਾਹਿਬ ਤੇ ਇਹਦੀ ਪੁਛਲ ਫੜ ਲਓ ਤੇ ਜਾਨਵਰ ਤਾਂ ਡਰਦਾ ਹੀ ਹੁੰਦਾ ਕੋਈ ਗੱਲ ਨਹੀਂ ਜਾਨਵਰ ਨੂੰ ਥੋੜਾ ਜਿਆ ਰੋਕਣਾ ਹੁੰਦਾ ਆ ਕਰਮਾਲੀ ਜਾਨਵਰ ਤਾਂ ਡਰਦਾ ਹੀ ਹੁੰਦਾ ਕੋਈ ਗੱਲ ਨਹੀਂ ਡਰੀ ਰੱਖੇ ਤੇ ਆਪਾਂ ਤੇ ਆਪਦਾ ਕੰਮ ਪੂਰਾ ਕਰਨਾ ਹੀ ਕਰਨਾ। ਇਹ ਕਰਮਾਲੀ। ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖਿਆਰੇ। ਹਾਂ ਚੰਗੀ ਤਾਂ ਹਾਂ ਚੰਗੀ ਤਾਂ ਹੈ। ਐਵੇਂ ਤੁ ਸਲੀਆਂ ਨਹੀਂ ਹੁੰਦੀਆਂ ਇਹ ਡਰਦੇ ਜਾਨਵਰ। ਕੈਮਰਾਮੈਨ ਸਾਹਿਬ ਇੱਥੇ ਥੋੜਾ ਡਾਕੇ ਰੱਖਿਆ ਜੀ ਕਰਮਾਲੀ ਨੂੰ। ਕੈਮਰਾਮੈਨ ਸਾਹਿਬ ਸਲੀਆਂ ਕਰਾਓ ਜੀ ਉੱਤੇ ਚੜ ਕੇ ਜਰਾ। ਐ ਦੋਆਂ ਜੀ ਖੁੱਲਦੀ ਪਈ ਏ। ਖੋਜੋ ਖੋਜੋ। ਇਹ ਕੋਲ ਵੀ ਬਲਾਵਾ ਮਾ ਦੇ ਬਲਾਵਾ ਮਾ ਦੇ। ਥੋੜੇ ਦੇਖੀ। ਚਲੋ ਚਲੋ ਕੈਮਰਾਮੈਨ ਸਾਹਿਬ ਤੁਸੀਂ ਇਹਦੇ ਮੂੰਹ ਤੇ ਲਾ ਕੇ ਰੱਖੋ। ਇਹਦੇ ਮੂੰਹ ਤੇ ਲਾਓ। ਇਹਨੇ ਥਣ ਚੱਡਾ ਵਖਾਓ ਤਸਲੀਆਂ ਨਾਲ। ਬਾਕੀ ਮੈਂ ਪੁੱਛ ਲਾਂਗਾ ਮਾਲਕ ਨੂੰ ਗੱਲਾਂ ਜੀ ਇਹਨੇ ਕਿੰਨੇ ਦਿਨ ਰਹਿਗਾ ਸੌਣ ਚੋਂ ਤੇ ਕਿੰਵੇਂ ਸਵੇ। ਤੇ ਗਾਂ ਦਾ ਰੰਗ ਸ਼ੰਗ ਤੁਸੀਂ ਵੇਖ ਹੀ ਲਿਆ ਐ। ਇਹਨਾ ਛੱਡਾ ਛੱਡਾ ਵੀ ਤੁਸੀਂ ਵੇਖ ਹੀ ਰਹਿ ਜੇ। ਉਹ ਵੇਖੀ। ਇਹ ਡਰ ਬਹੁਤ ਰਹੀ ਹੈ ਪਤਾ ਨਹੀਂ ਕੀ ਮਸਲਾ ਹੈ ਇਹਨੇ ਮੱਥੇ ਕੋ ਬੰਦਾ ਬੁੰਦਾ ਨਹੀਂ ਲੱਗਿਆ ਪਤਾ ਨਹੀਂ ਘਰ ਚੋਂ ਆਈ ਕਿ ਘਰ ਚ ਹੀ ਖੜੀ ਹੈ ਕੋ ਬੰਦਾ ਬੁੰਦਾ ਇੱਥੇ ਆਂਦਾ ਕੋਈ ਨਹੀਂ ਇਹ ਫਾਰਮ ਦੀ ਗਾਂ ਹੈ ਜੀ ਫਾਰਮ ਚ ਬਾਹਰ ਕੱਢੀ ਅਗਰ ਉਹ ਕਿਨਿਆ ਯਾਰ ਮਾਰਾ ਇਹ ਇਸ ਤਰ੍ਹਾਂ ਗੱਲ ਨਹੀਂ ਬਣਨੀ ਤਾ ਕਰਮਾਲੀ ਚੈੱਕ ਕਰਦਾ ਹਾਂ ਹਾਂ ਇਹ ਫੋਟ ਫੋਟ ਵਾਣਾ ਬਾਹਰ ਨਿਕਲਿਆ ਜੀ ਇਸ ਗਾਂ ਦਾ ਕੈਮਰਾਮੈਨ ਸਾਫ ਸਲੀਆਂ ਕਰਾਓ ਅੱਗੇ ਆ ਜਾ ਬਸ ਠੀਕ ਹੈ ਅੱਗੇ ਕਰੋ ਜੀ ਸਾਰਾ ਜੇ ਇੱਥੇ ਇਧਰ ਆਓ ਕੈਮਰਾਮੈਨ ਸਾਹਿਬ ਪਿੱਛੇ ਇੱਥੇ ਚੜ੍ਹਾਓ ਇੱਥੇ ਸੱਲੀਆਂ ਕਰਾਓ ਇਸ ਕਰਮਾ ਦੀਆਂ ਇਹ ਗਾਂਹ ਦੀ ਮਾਸ਼ਾਅੱਲਾ ਤੁਹਾਨੂੰ ਇਹ ਵੀਡੀਓ ਪਸੰਦ ਵੀ ਆਏਗੀ ਛੱਡ ਦਿਓ ਛੱਡ ਦਿਓ ਜੀ ਸੱਲੀ ਹੋ ਗਈ ਹੁਣ ਕੈਮਰਾਮੈਨ ਸਾਹਿਬ ਇਹਦੀ ਮੂੰਹ ਮੇਂ ਵਿਖਾ ਦਿਓ ਸੱਲੀ ਦਾ ਰੰਗ-ਚੰਗ ਵੀ ਵਿਖਾ ਦਿਓ ਮੇਰੇ ਭਾਈਆਂ ਦੀ ਤਬੀਅਤ ਖੁਸ਼ ਹੋ ਜਾਏ ਇਹ ਡੱਬਾ ਰੰਗ ਹੈ ਜੀ ਮਾਸ਼ਾਅੱਲਾ ਬਹੁਤ ਸੋਹਣਾ ਰੰਗ ਹੈ ਬਾਕੀ ਮੈਂ ਪੁੱਛ ਲੈਣਾ ਮਾਲਕ ਕੋਲੋਂ ਕਿ ਕਿੰਨੇ ਸੂਏ ਜਾਂ ਕਿੰਨੇ ਦਿਨ ਰਹਿ ਗਏ ਨੇ ਸੌਣ ਦੇ ਇਹ ਮੈਂ ਗੱਲਾਂ ਪੁੱਛ ਲੈਣਾ ਭਾਈ ਰਾਨੂ ਕਿ ਇਹਦਾ ਕੀ ਹਸਤਾਬ ਹੈ ਪਿੱਛੇ ਥੋੜਾ ਠੀਕ ਹੋ ਗਿਆ ਠੀਕ ਹੋ ਗਿਆ ਪਿੱਛੋਂ ਅੱਗੇ ਬੜੀ ਤਸੱਲੀ ਕਰਾਈ ਬਾਨੇ ਜੀ ਇਹ ਗਾਂ ਹੈ ਜੀ ਠੀਕ ਹੋਗਾ ਜੀ ਇਹ ਸਾਰੀਆਂ ਗੱਲਾਂ ਮੈਂ ਪੁੱਛਣਾ ਹਾਂ ਹੁਣ ਮਾਲਕ ਨੂੰ ਆਓ ਹਾਂ ਜੀ ਇੱਧਰ ਸਿੱਧਾ ਹੋ ਵੀ ਤੂੰ ਇੱਧਰ ਨੂੰ ਕਿੱਧਰ ਨੂੰ ਉੱਥੇ ਹੋ ਜੀ ਆਜੋ ਜੀ ਇੱਥੇ ਆਜੋ ਐਸ ਪਾਸੇ ਆਓ ਜੀ ਮੇਰੇ ਆਪਾਂ ਹੁਣ ਗੱਲਾਂ ਕਰੀਏ ਪਿਆਰ ਦੀ ਐਸ ਪਾਸੇ ਆਜੋ ਇੱਧਰ ਮੈਂ ਚਲ ਆਜੋ ਆਜੋ ਅਸਲਾਮੁਅਲੈਕਮ ਜੀ ਵਾਲੇਕੁਮ ਸਲਾਮ ਜੀ ਕੀ ਹਾਲ ਨੇ ਜਨਾਬ ਠੀਕ ਠਾਕ ਜੀ ਅੱਲਾ ਦਾ ਸ਼ੁਕਰ ਕੀ ਨਾਂ ਹੈ ਤੁਹਾਡਾ ਫਕੀਰ ਹਸੈਨ ਗੁਜਰ ਭਾਈ ਫਕੀਰ ਹਸੈਨ ਗੁਜਰ ਸਾਹਿਬ ਤੁਸੀਂ ਇਹ ਦੱਸਣਾ ਹੈ ਕਿ ਇਹ ਗਾਂ نسل ਕਿਹੜੀ ਇਹ ਜੀ ਫਰੀਜ਼ਨ ਕਰਾਸ ਆਸਟ੍ਰੇਲੀਆ ਫਰੀਜ਼ਨ ਅੱਛਾ ਆਸਟ੍ਰੇਲੀਆ ਫਰੀਜ਼ਨ ਕਰਾਸ ਹੈ ਠੀਕ ਹੋ ਗਿਆ ਜੀ ਇਹ ਸੋਣ ਵਾਲੀ ਕਿ ਸੂਈ ਨਹੀਂ ਸੋਣ ਵਾਲੀ ਹੈ ਕਿੰਨੇ ਦਿਨ ਲੈਂਦੀ ਸੋਣ ਚ ਇੱਕ 8 10 ਦਿਨ ਕੱਢਦੀ ਹੈ ਅੱਛਾ 8 10 ਦਿਨ ਕੱਢਦੀ ਹੈ ਠੀਕ ਹੋ ਗਿਆ ਜੀ ਇਹਦੇ ਪਿਛਲੇ ਸਵੇ ਦਾ ਦੁੱਧ ਦਾ ਰਿਕਾਰਡ ਪਲਾ ਹੈ ਤੁਹਾਡੇ ਕੋਲੇ ਕੀ ਹੈ ਦੁੱਧ ਜੀ ਪਿਛਲੇ ਸਵੇਰੇ ਪਹਿਲਾ ਸਵੇਰ ਸਵੇ ਹੀ ਹੁਣ ਦੂਜਾ ਸੋਣਾ ਪਹਿਲੇ ਸਵੇਰੇ 25 26 ਲੀਟਰ ਕਰਦੇ ਰਹੀ ਦੁੱਧ ਦੋ ਟਾਈਮ ਅੱਛਾ 25 26 ਲੀਟਰ ਦੋ ਟਾਈਮ ਪਿਛਲੇ ਸਵੇਰੇ ਕਰਦੀ ਰਹੀ ਹਾਂਜੀ ਹਾਂਜੀ ਠੀਕ ਹੋ ਗਿਆ ਤੇ ਤੁਹਾਡੇ ਤਜਰਬੇ ਦੇ ਮੁਤਾਬਕ ਐਸੀ ਦੁੱਧ ਕਿੰਨਾ ਕਰੇਗੀ ਵਧੇਗੀ ਕੋਈ ਕੁ ਦੁੱਧ ਕਿਉਂ ਨਾ ਹੀ ਰੱਖੇਗੀ ਸਵਾਰੀ ਅੱਲਾ ਦੇ ਫਜ਼ਲ ਨਾਲ 30 32 ਲੀਟਰ ਕਰੋਗੇ ਅੱਛਾ 30 32 ਲੀਟਰ ਕਰੇਗੀ ਠੀਕ ਹੋ ਗਿਆ ਜੀ ਇਹਦੀ ਪਿਆਰ ਮੁਹੱਬਤ ਵਾਲੀ ਕੀਮਤ ਹੈ ਨਾ ਜਿਹੜੀ ਉਹ ਦੱਸਣੀ ਹੈ ਜ਼ਿਆਦਾ ਪੈਸੇ ਨਹੀਂ ਦੱਸਣੇ ਜਿਹੜੀ ਆਪਾਂ ਲੈ ਲੈਣੇ ਨੇ ਤਾਂ ਕਿ ਮੇਰੇ ਬੇਲੀ ਇਹ ਨਾ ਕਹਣ ਕਿ ਇਹ ਤਾਂ ਜੈਲ ਜੈਲ ਮੁੱਲ ਜਿਹੜੇ ਲੈ ਲੈਣਾ ਜੀ ਤੁਹਾਡਾ ਨਾਲ ਹੀ ਗੱਲ ਕਰਾਂਗੇ 230000 ਦੇ ਦਿਆਂਗੇ ਤੁਹਾਨੂੰ 230000 230000 ਮੇਰੇ ਭਾਈ ਨੇ ਮੁੱਲ ਕੀਤਾ ਜੀ ਇਹਨਾਂ ਜੀ ਕੋ ਪਿਆਰ ਮੁਹੱਬਤ ਥੋੜੀ ਬਹੁਤੀ ਨਹੀਂ ਜੀ ਪਿਆਰ ਮੁਹੱਬਤ ਅੱਗੇ ਕਰ ਲਿਆ ਵਾ ਵਾ ਤੇ ਹੁਣ ਪਿਆਰ ਥੋੜਾ ਬਹੁਤਾ ਕਿਰਾਇਆ ਕਰਾਇਆ ਕਰੋਆ ਕਿ ਲੋਕ ਪਿਆਰ ਮੁਹੱਬਤ ਹੀ ਹੁੰਦਾ ਕੋ ਕਰ ਲਾਂਗੇ ਥੋੜਾ ਬਹੁਤ ਜ ਕਰ ਥੋੜਾ ਬਹੁਤ ਆ ਮੇਰਾ ਭਾਈ ਆਣਾ ਜੀ ਪਿਆਰ ਮੁਹੱਬਤ ਕਰ ਲਾਂਗੇ ਮੈਂ ਉਮੀਦ ਕਰਨਾ ਕਿ ਦੋਸਤਾਂ ਨੂੰ ਅੱਜ ਵਾਲੀ ਵੀਡੀਓ ਬੜੀ ਪਸੰਦ ਆਵੇਗੀ ਤੇ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਤੇ ਮਾਰੋ ਹੱਥ ਤਾਂ ਕਿ ਮੇਰੀ ਹਰ ਆਣ ਵਾਲੀ ਨਵੀਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਤੁਸੀਂ ਜਨਾਬ ਉਹ ਵੀਡੀਓ ਵੇਖ ਸਕੋ ਨੰਬਰ ਮੇਰਾ 030479 ਪੂਰਾ 776 ਇਹੋ ਮੇਰਾ ਵਟਸਐਪ ਨੰਬਰ ਹੈ ਇਹੋ ਈਮੋ ਦਾ ਨੰਬਰ ਹੈ ਏ ਮੇਰਾ رابطہ ਨੰਬਰ ਹੈ ਹਰ ਵੀਡੀਓ ਦੇ ਥੱਲੇ ਇਹ ਮੇਰਾ ਨੰਬਰ ਲੱਗਿਆ ਹੁੰਦਾ ਜੀ ਲੋਕੇਸ਼ਨ ਮੇਰੀ ਆਰਫ ਵਾਲੇ ਦੀ ਏ ਮਿਲਨੇ ਆ ਅਗਲੀ ਵੀਡੀਓ ਦੇ ਵਿੱਚ ਪਾਕਿਸਤਾਨ ਜ਼ਿੰਦਾਬਾਦ